ਗੱਲ ਆਸਟ੍ਰੇਲੀਆ ਸਟੱਡੀ ਵੀਜ਼ਾ ਦੀ ਕਰਾਂਗੇ। ਸੋ ਬਹੁਤ ਸਾਰੀ ਕੁਐਰੀਜ਼ ਹੈ ਸਾਡੇ ਕੋਲ ਆਲਰੇਡੀ ਆਸਟ੍ਰੇਲੀਆ ਸਟੱਡੀ ਵੀਜ਼ਾ ਬਾਰੇ। ਬਹੁਤ ਸਾਰੇ ਸਟੂਡੈਂਟ ਜਾਣਨਾ ਚਾਹੁੰਦੇ ਨੇ, ਇੱਕ ਤਾਂ ਸਟੂਡੈਂਟ ਸਾਰੇ ਜਾਣਦੇ ਨੇ ਕਿ ਆਸਟ੍ਰੇਲੀਆ ਦੇ ਵਿੱਚ ਕੁਆਲਿਟੀ ਆਫ ਸਟੱਡੀ ਸਾਨੂੰ ਮਿਲਦੀ ਹੈ ਔਰ ਨਾਲ ਦੀ ਨਾਲ ਕੰਮ ਕਰਨ ਦੇ ਵੀ ਅੱਛੇ ਮੌਕੇ ਨੇ, ਵੇਜ ਰੇਟ ਵੀ ਚੰਗਾ ਮਿਲਦਾ। ਆਪਣੇ ਫਿਊਚਰ ਦੇ ਲਈ ਪੁਆਇੰਟ ਆਫ ਵਿਊ ਤੋਂ ਵੀ ਅਗਰ ਸਟੂਡੈਂਟ ਆਸਟ੍ਰੇਲੀਆ ਨੂੰ ਦੇਖਦੇ ਨੇ ਤਾਂ ਬੈਸਟ ਆਪਸ਼ਨ ਨਜ਼ਰ ਆਉਂਦੀ ਹੈ। ਪਰ ਬਹੁਤ ਸਾਰੇ ਸਵਾਲ GTE ਨੂੰ ਲੈ ਕੇ ਖੜੇ ਜ਼ਰੂਰ ਹੋ ਜਾਂਦੇ ਨੇ, ਅਤੇ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਆਸਟ੍ਰੇਲੀਆ ਲਈ ਅਗਰ ਤੁਸੀਂ ਅਪਲਾਈ ਕਰਨਾ ਤਾਂ ਇੱਕ ਹਫ਼ਤੇ ਵਿੱਚ ਤੁਸੀਂ ਆਪਣੀ GTE ਕਲੀਅਰ ਕਰਵਾ ਸਕਦੇ ਹੋ। ਕਿਵੇਂ ਕਰਵਾ ਸਕਦੇ ਹੋ, ਕੀ ਪ੍ਰੋਸੈਸ ਹੈ, ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ। ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ, ਮੈਂ ਹਾਂ ਹਰਜੋਤ ਕੌਰ। ਡਿਟੇਲ ਵਿੱਚ ਸਾਰੀ ਇਨਫੋਰਮੇਸ਼ਨ ਤੁਹਾਡੇ ਨਾਲ ਸਾਂਝੀ ਕਰਨਗੇ ਨੈਵੀਗੇਟਰਸ ਓਵਰਸੀਜ਼ ਤੋਂ ਵੀਜ਼ਾ ਐਕਸਪਰਟ ਮਿਸਿਸ ਵੀਨਾ ਗੋਇਲ ਮੈਮ। ਬਹੁਤ ਬਹੁਤ ਸਵਾਗਤ ਹੈ ਮੈਮ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਨਮਸਕਾਰ ਜੀ। ਸੋ ਮੈਮ ਦਾ ਐਕਸਪੀਰੀਅੰਸ ਦੀ ਅਗਰ ਆਪਾਂ ਗੱਲ ਕਰੀਏ, ਤਕਰੀਬਨ 27-28 ਸਾਲਾਂ ਦਾ ਐਕਸਪੀਰੀਅੰਸ, ਢੇਰ ਸਾਰੀ ਪ੍ਰੋਫਾਈਲ 'ਤੇ ਕੰਮ ਕਰ ਚੁੱਕੇ ਨੇ ਇਸ ਐਕਸਪੀਰੀਅੰਸ ਦੇ ਵਿੱਚ, ਔਰ ਤਜ਼ਰਬਾ ਇੰਨਾ ਜ਼ਿਆਦਾ ਕਿ ਪ੍ਰੋਫਾਈਲ ਨੂੰ ਦੇਖਦੇ ਹੀ ਦੱਸ ਦਿੰਦੇ ਨੇ ਕਿ ਸਟੂਡੈਂਟ ਦੇ ਲਈ ਕਿਹੜੀ ਆਪਸ਼ਨ ਬੈਸਟ ਰਹਿਣ ਵਾਲੀ ਹੈ। ਸੋ ਮੈਮ ਅੱਜ ਜਿਵੇਂ ਸਟਾਰਟਿੰਗ ਵਿੱਚ ਆਪਾਂ GTE ਦੀ ਗੱਲ ਕੀਤੀ ਹੈ, ਨੈਵੀਗੇਟਰਸ ਓਵਰਸੀਜ਼ ਵੱਲੋਂ ਇੱਕ ਹਫ਼ਤੇ ਵਿੱਚ GTE ਕਲੀਅਰ ਕੀਤੀ ਜਾਂਦੀ ਹੈ, ਹਾਲਾਂਕਿ ਕਈ ਸਾਰੇ ਸਵਾਲ ਹੈ, ਕਈ ਸਟੂਡੈਂਟਸ ਦੀ GTE ਬਹੁਤ ਲੰਬੇ ਟਾਈਮ ਤੋਂ ਡਿਲੇ ਪਈ ਹੈ ਜਿੱਥੋਂ ਵੀ ਉਹਨਾਂ ਨੇ ਆਪਣੀ ਫਾਈਲ ਲਗਾਈ ਹੋਈ ਹੈ। ਤਾਂ ਮੈਂ ਜ਼ਰੂਰ ਪ੍ਰੋਸੈਸ ਸਮਝਣਾ ਚਾਹੂੰਗੀ ਨੈਵੀਗੇਟਰਸ ਓਵਰਸੀਜ਼ ਦਾ, ਕਿਵੇਂ ਤੁਸੀਂ ਇੱਕ ਹਫ਼ਤੇ ਵਿੱਚ GTE ਕਲੀਅਰ ਕਰਵਾ ਰਹੇ ਹੋ। ਦੇਖੋ ਹਰਜੋਤ, ਦੋ ਚੀਜ਼ਾਂ। ਵਨ ਇਜ਼ ਕਿ ਜੋ ਤੁਹਾਡਾ ਐਕਸਪੀਰੀਅੰਸ ਇੰਨਾ ਜ਼ਿਆਦਾ ਹੈ ਕਿ ਤੁਸੀਂ ਇੱਕ ਇੱਕ ਕਾਗਜ਼ ਪਹਿਲੇ ਦਿਨ ਹੀ ਸਮਝਾ ਦਿਓ। ਹੁਣ ਮੇਰੇ ਕੋਲ ਜਿਹੜੇ ਸਟੂਡੈਂਟਸ ਆਉਂਦੇ ਆ, ਉਹ ਕਿਸੇ ਵੀ ਕੰਸਲਟੈਂਟ ਕੋਲ ਫਾਈਲ ਦੇ ਦਿੱਤੀ, 6-6 ਮਹੀਨੇ GTE ਕਲੀਅਰ ਨਹੀਂ ਹੋ ਰਹੀ, ਕਿਉਂਕਿ ਉਹਨਾਂ ਨੂੰ ਆਪ ਨੂੰ ਨਹੀਂ ਪਤਾ, ਉਹ ਸਭ ਏਜੰਟਸ ਹੈ, ਅੱਗੇ ਕਿਸੇ ਮੇਨ ਏਜੰਟ ਨੂੰ ਉਹ ਦਿੰਦੇ ਆ, ਔਰ ਉਹਨਾਂ ਤੱਕ ਜਿਹੜੇ ਇਨਫੋਰਮੇਸ਼ਨ ਫਲੋ ਹੈ ਉਹਦੇ ਵਿੱਚ ਬੜੀ ਪ੍ਰੋਬਲਮ ਹੈ, ਕਿਉਂਕਿ ਮੇਨ ਸਟੂਡੈਂਟ ਤੱਕ ਤਾਂ ਉਹ ਪਤਾ ਹੀ ਨਹੀਂ ਚੱਲ ਰਿਹਾ ਕਿ ਹੋ ਕੀ ਰਿਹਾ। ਜਿਹੜਾ GTE ਦੇ ਡਾਕੂਮੈਂਟਸ ਹੈ ਕਿ ਪ੍ਰੋਫਾਈਲ ਕਿੱਦਾਂ ਦੀ ਹੋਣੀ ਚਾਹੀਦੀ ਹੈ, ਅਸੀਂ ਮਨਾ ਕਰ ਦਿੰਦੇ ਹਾਂ ਸਟੂਡੈਂਟ ਨੂੰ, ਇਹ ਨਹੀਂ ਕਿ ਭੀੜ ਇਕੱਠੀ ਕਰਨੀ ਹੈ। ਜਿਹੜੇ ਸਟੂਡੈਂਟ ਦਾ ਵੀਜ਼ਾ ਨਹੀਂ ਹੋਣ ਵਾਲਾ ਉਹਨੂੰ ਅਸੀਂ ਬੈਟਰ ਹੈ ਨਾ ਕਹਿਣਾ ਪਸੰਦ ਕਰਾਂਗੇ, ਜਾਂ ਅਸੀਂ ਉਹਨੂੰ ਜਿਹੜਾ ਲੈ ਕੇ ਉਹਦੀ ਫਾਈਲ ਖਰਾਬ ਕਰੀਏ, ਉਹ ਅਸੀਂ ਕੰਮ ਨਹੀਂ ਕਰਦੇ। ਸਟ੍ਰੇਟ ਅਵੇ ਮੇਰੀ ਤਰਫ ਤੋਂ ਨਾ ਹੁੰਦੀ ਆ, ਮੇਰੇ ਸਟਾਫ ਦੀ ਤਰਫ ਤੋਂ ਬੱਚੇ ਨਿਰਾਸ਼ ਹੁੰਦੇ। ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦੀ ਹਾਂ, ਇੱਕ ਲੜਕੀ ਆਈ ਸਪਾਊਸ ਕੇਸ ਕੁਰੂਕਸ਼ੇਤਰ ਯੂਨੀਵਰਸਿਟੀ ਦੀ ਪੜ੍ਹੀ ਹੋਈ, ਜਿਹੜੀ ਕਿ ਬਹੁਤ ਸਾਰੀ ਆਸਟ੍ਰੇਲੀਅਨ ਯੂਨੀਵਰਸਿਟੀਜ਼ ਇਸ ਟਾਈਮ ਪਸੰਦ ਨਹੀਂ ਕਰ ਰਹੀਆਂ, ਔਰ ਪਲੱਸ ਟੂ ਜਿਹੜੀ ਹਰਿਆਣਾ ਬੋਰਡ ਤੋਂ। ਫਾਦਰ ਦੀ ਜਿਹੜੀ ਮੰਥਲੀ ਇਨਕਮ ਹੈ 20,000, ਹੀ ਇਜ਼ ਅ ਡਰਾਈਵਰ, ਸਪਾਊਸ ਕੇਸ, ਚਾਰੋ ਗ੍ਰੇ ਏਰੀਆ। ਅਸੀਂ ਉਹਨੂੰ ਮਨਾ ਕਰਤਾ, ਬੇਟਾ ਤੇਰਾ ਟਾਈਮ ਵੇਸਟ ਹੋਏਗਾ, ਨਹੀਂ ਆਉਣਾ ਹੈਗਾ ਆਸਟ੍ਰੇਲੀਆ ਦਾ। ਨੈਕਸਟ ਡੇ ਕਾਲ ਗਈ ਅਤੇ ਕਹਿੰਦੀ ਕਿ ਮੈਨੂੰ ਤਾਂ ਕੋਈ ਐਜੂਕੇਸ਼ਨ, ਮੈਂ ਨਾਮ ਨਹੀਂ ਲਊਂਗੀ, ਉਹਨਾਂ ਨੇ ਯੈਸ ਕੀਤਾ। ਦੈਟ ਮੀਨਸ ਸਟੂਡੈਂਟ ਨੂੰ ਮਨਾ ਕਰਨ ਦੇ ਬਾਅਦ ਵੀ ਦੇ ਵਾਂਟ ਟੂ ਵੇਸਟ ਦੇਅਰ ਟਾਈਮ ਦੇਅਰ ਮਨੀ। ਅਸੀਂ ਪਹਿਲੇ ਦਿਨ ਮਨਾ ਕਰ ਦਿੰਦੇ ਹਾਂ ਜਿਹੜਾ ਨਹੀਂ ਹੁੰਦਾ, ਦੈਟ ਇਜ਼ ਏ ਐਕਸਪੀਰੀਅੰਸ, ਰਾਈਟ। ਹੁਣ ਜਿਹੜਾ 1 week ਦਾ ਤੁਸੀਂ ਕਹਿ ਰਹੇ ਹੋ, ਇਹਦੇ ਵਿੱਚ ਬੜਾ ਸਟ੍ਰੇਟ ਫਾਰਵਰਡ ਜਿਹੜਾ G8 ਯੂਨੀਵਰਸਿਟੀਜ਼ ਨੂੰ ਜਾਂ ਜਿਹੜੀ AL1 ਯੂਨੀਵਰਸਿਟੀਆਂ ਨੂੰ ਵੀਜ਼ਾ 'ਚ ਪ੍ਰਾਇਓਰਟਾਈਜ਼ ਕੀਤਾ ਜਾਏਗਾ, ਇਹ ਬੜਾ ਕਲੀਅਰ ਸੰਦੇਸ਼ ਆ ਚੁੱਕਿਆ ਹੈ ਜਿਹੜਾ ਪਿੱਛੇ ਅਪਡੇਟਸ ਆਈਆਂ ਅੰਬੈਸੀ ਦੀ ਤਰਫ ਤੋਂ। ਇਹ ਜਿਹੜਾ ਅਸੀਂ ਕੰਮ ਕਰਦੇ ਹਾਂ ਮੈਕਸੀਮਮ ਜਿਹੜਾ ਹਾਈ ਲੈਵਲ ਯੂਨੀਵਰਸਿਟੀਆਂ ਦੀ, ਰਾਈਟ। ਹੁਣ ਜਿਹੜੇ ਨੋਨ ਮੈਡੀਕਲ ਦੇ ਬੱਚੇ ਆ, ਮੈਨੂੰ ਖਾਲੀ ਇਹ 3-4 ਚੀਜ਼ਾਂ ਦੱਸੂਗੀ, ਉਹੀ ਬੱਚਾ ਅਪਰੋਚ ਕਰੇ ਜਿਹਨੇ ਉਹਦਾ GTE ਜਿਹੜਾ 1 week 'ਚ ਕਰਾਉਣ ਦਾ ਸਾਡੀ ਗਰੰਟੀ ਆ। ਓਕੇ, 60% ਮੇਨ 4 ਸਬਜੈਕਟਸ 'ਚ ਹੋਣ, CBSE ਪਾਸ ਆਊਟ ਹੋਏ, ਨੋਨ ਮੈਡੀਕਲ ਦਾ ਬੱਚਾ ਹੋਏ, ਫਿਜ਼ਿਕਸ, ਕੈਮਿਸਟਰੀ, ਮੈਥ, ਇੰਗਲਿਸ਼, ਜਿਹੜੇ ਵੀ ਮੇਨ 4 ਸਬਜੈਕਟ ਹੈ ਉਹਦੇ ਵਿੱਚ 60% ਮਿਨੀਮਮ ਹੋਣਾ ਚਾਹੀਦਾ ਹੈ।
ਅਤੇ ਜੇ ਚਾਰਾਂ ਸਬਜੈਕਟ ਦਾ ਓਵਰਆਲ 60% ਆ ਉਹ ਬੱਚਾ ਅਸੀਂ ਐਕਸੈਪਟ ਕਰ ਸਕਦੇ ਹਾਂ। ਗੈਪ 1 ਸਾਲ ਤੋਂ ਜ਼ਿਆਦਾ ਨਾ ਹੋਏ, ਮੀਨਸ 23 ਪਾਸ ਆਊਟ ਬੱਚਾ ਹੋਏ, ਆਇਲਸ 6.5 ਨੋਟ ਲੈਸ ਦੈਨ 6 ਬੈਂਡਸ। ਇਨਕਮ ਜਿਹੜੀ ਹੈ ਪੇਰੈਂਟਸ ਦੀ 10 ਲੱਖ ਤੋਂ ਉੱਪਰ, ਜਿੱਦਾਂ ਮੈਂ ਕਿਹਾ ਤੁਹਾਨੂੰ, ਐਂਡ ਜਿਹੜਾ ਫਾਈਨੈਂਸ਼ੀਅਲ ਡਾਕੂਮੈਂਟਸ ਆ 3 ਮੰਥਸ ਓਲਡ ਫੰਡ ਚਾਹੀਦੇ ਹੈ, 1 ਈਅਰ ਫੀਸ, 1 ਈਅਰ ਲਿਵਿੰਗ ਐਕਸਪੈਂਸਿਸ, $2,000 ਏਅਰ ਫੇਅਰ, ਇਹ ਸਾਰਾ ਮਿਲਾ ਕੇ ਕੋਈ ਬੱਚੇ ਦਾ ਮੇਰੇ ਖਿਆਲ 30 ਲੱਖ ਦੇ ਅਰਾਊਂਡ ਬਣਦਾ ਹੈ। ਅਤੇ ਇਹ ਜਿਹੜੇ ਆ 3 ਮੰਥਸ ਓਲਡ ਫੰਡ ਖਾਨੇ, ਜੇ ਇਹ ਸਾਰੀ ਚੀਜ਼ਾਂ ਹੁੰਦੀਆਂ। ਔਰ ਜੇ ਮੰਨ ਲਓ ਬੱਚੇ ਕੋਲ ਫੰਡ ਨਹੀਂ ਰੈਡੀ ਹੈ, ਉਹਨਾਂ ਦੀ ITR ਠੀਕ ਹੈ, ਬਿਜ਼ਨਸ ਜਾਂ ਜੋਬ ਠੀਕ ਹੈ, ਅਤੇ ਉਹਨਾਂ ਦਾ ਲੋਨ ਜਿਹੜਾ ਉਹ ਕਈ ਬੈਂਕਾਂ ਦੇ ਅੱਜ ਕੱਲ੍ਹ ਪ੍ਰੋਵੀਜ਼ਨ ਦਿੱਤਾ ਹੋਇਆ, ਔਰ ਨੈਵੀਗੇਟਰ ਪੂਰਾ ਜਿਹੜੇ ਸਾਡੀ ਕੰਪਨੀ ਹੈਲਪ ਕਰ ਰਹੀ ਹੈ ਸਟੂਡੈਂਟਸ ਦੀ ਲੋਨ ਕਰਾਉਣ ਦੇ ਵਿੱਚ, ਅਤੇ ਉਹ ਸਟੂਡੈਂਟਸ ਦਾ ਅਸੀਂ ਲੋਨ ਦੇ ਵਿੱਚ ਪੂਰੀ ਹੈਲਪ ਕਰ ਰਹੇ ਹਾਂ। ਅਤੇ ਇਹਨਾਂ ਦਾ ਜਿਹੜਾ 1 ਵੀਕ ਦੇ ਅੰਦਰ ਅਸੀਂ GT ਕਲੀਅਰ ਕਰਾ ਰਹੇ ਹਾਂ। ਜਿਹੜੇ ਕੋਰਸਿਸ ਹੈ IT ਦੇ ਰਿਲੇਟਿਡ ਹੈ, ਮੈਕਸੀਮਮ ਕੋਰਸਿਸ ਇੰਜੀਨੀਅਰਿੰਗ ਦੇ ਰਿਲੇਟਿਡ ਹੈ, ਜਿਹੜੀ IT ਦੇ ਰਿਲੇਟਿਡ ਹੈ, ਸਾਈਬਰ ਸਿਕਿਉਰਿਟੀ ਹੋ ਗਿਆ, ਆਰਟੀਫਿਸ਼ਲ ਇੰਟੈਲੀਜੈਂਸ ਹੋ ਗਿਆ, ਜਾਂ ਇਨਫੋਰਮੇਸ਼ਨ ਟੈਕਨੋਲੋਜੀ ਹੋ ਗਿਆ, ਮਾਸਟਰਸ ਜਾਂ ਅੰਡਰਗ੍ਰੈਡ। ਇਹਨਾਂ ਦੇ ਵਿੱਚ ਵੀਜ਼ਾ ਜਿਹੜਾ ਆਲਮੋਸਟ ਬਹੁਤ ਅੱਛਾ ਸਕਸੈਸ ਰੇਟ ਹੈ। ਜਿਹੜਾ ਵੀਜ਼ਾ ਖਰਾਬ ਹੋ ਰਿਹਾ, ਮੰਨ ਲਓ ਬੱਚੇ ਨੇ BCOM ਕੀਤੀ ਹੈ ਔਰ ਸਿੱਧਾ MBA ਵਾਸਤੇ ਚਲਿਆ ਗਿਆ, ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ਜਿਹੜਾ MBA ਉਹਦੇ ਵਾਸਤੇ ਇੱਕ ਅੱਛਾ ਤਜ਼ਰਬਾ ਚਾਹੀਦਾ, ਮੰਨ ਲਓ ਉਹਨੂੰ ਵੀ ਦੇ ਸਕਦੇ ਆ ਵੀਜ਼ਾ, ਲੇਕਿਨ ਆਰਟਸ ਦੀ BA ਕੀਤੀ ਔਰ ਫਿਰ MBA ਲੈ ਲਈ ਤਾਂ ਉਹਨਾਂ ਦਾ ਕੋਈ ਰਿਲੇਸ਼ਨ ਨਹੀਂ ਬਣਦਾ। ਇੱਦਾਂ ਦੇ ਵੀਜ਼ੇ ਜ਼ਿਆਦਾ ਖਰਾਬ ਹੋ ਰਹੇ ਹੈ। ਜਿਹੜੀ ਸਕਿੱਲ ਆਕੂਪੇਸ਼ਨ ਲਿਸਟ 'ਚ ਜਿਹੜੀ ਸ਼ੋਰਟੇਜ ਚੱਲ ਰਹੀ ਹੈ, ਹੈਲਥ ਵਾਲੇ ਸਟੂਡੈਂਟਸ ਦੀ ਸ਼ੋਰਟੇਜ ਚੱਲ ਰਹੀ ਹੈ, IT ਵਾਲੇ, ਇੰਜੀਨੀਅਰਿੰਗ ਵਾਲੇ, ਉਹਨਾਂ ਦਾ ਵੀਜ਼ਾ ਬਹੁਤ ਜ਼ਿਆਦਾ ਆ ਰਿਹਾ, ਉਹਨਾਂ ਦੇ ਵੀਜ਼ੇ 'ਚ ਕਿਧਰੇ ਕੋਈ ਪ੍ਰੋਬਲਮ ਨਹੀਂ ਹੈ, ਅਤੇ ਉਹ ਬੱਚੇ ਜ਼ਰੂਰ ਅਪਲਾਈ ਕਰਨ ਆਸਟ੍ਰੇਲੀਆ। ਉਹ ਨਿਰਾਸ਼ ਨਾ ਹੋਣ ਕਿ ਆਸਟ੍ਰੇਲੀਆ ਨੇ ਵੀਜ਼ਾ ਬੰਦ ਕਰਤਾ, ਆਸਟ੍ਰੇਲੀਆ ਨੇ ਵੀਜ਼ਾ ਕੱਟ ਕੀਤਾ, ਬੰਦ ਨਹੀਂ ਕੀਤਾ, 3,75,000 ਕੀਤਾ, ਕਿਉਂਕਿ ਕੋਵਿਡ ਦੇ ਬਾਅਦ ਇੱਕਦਮ ਬਾਰਡਰ ਖੋਲ੍ਹੇ ਅਤੇ ਉਹਨਾਂ ਨੂੰ ਬੱਚੇ ਚਾਹੀਦੇ ਸੀਗੇ, 6 ਲੱਖ ਵੀਜ਼ਾ ਦਿੱਤਾ। ਲੇਕਿਨ ਜਿਹੜਾ ਪਹਿਲੇ ਦਿਨ ਦੇ ਸੀ 2.5-3 ਲੱਖ, ਉਸ ਤੋਂ ਉਹਨਾਂ ਨੇ ਜ਼ਿਆਦਾ ਹੀ ਕੋਟਾ ਰੱਖਿਆ। ਅਤੇ ਜਿਹੜੇ ਵੀ ਬੱਚੇ CBSE ਪਾਸ ਆਊਟ ਹੈਗਾ ਜਾਂ ਗ੍ਰੈਜੂਏਸ਼ਨ ਅੱਛੀ ਯੂਨੀਵਰਸਿਟੀਆਂ ਤੋਂ ਕੀਤੀ ਹੋਈ ਹੈ, ਉਹਨਾਂ ਨੂੰ ਕੋਈ ਡਰਨ ਦੀ ਲੋੜ ਨਹੀਂ ਹੈ, ਉਹਨਾਂ ਦਾ ਵੀਜ਼ਾ ਆਏਗਾ ਹੀ ਆਏਗਾ। ਜੀ 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 ਬਿਲਕੁਲ। ਸੋ ਸਟੂਡੈਂਟਸ ਨੂੰ ਜ਼ਰੂਰ ਕਹਿਣਾ ਚਾਹਾਂਗੇ, ਚੰਗੀ ਪ੍ਰੋਫਾਈਲਸ ਆ, ਔਰ ਜਿਹੜੀ ਖਾਸ ਤੌਰ 'ਤੇ ਮੈਮ ਨੇ ਪ੍ਰੋਫਾਈਲ ਡਿਸਕਸ ਕੀਤੀਆਂ ਨੇ, ਤਾਂ ਉਹਨਾਂ ਸਟੂਡੈਂਟਸ ਨੂੰ ਘਬਰਾਉਣ ਦੀ ਬਿਲਕੁਲ ਵੀ ਜ਼ਰੂਰਤ ਨਹੀਂ ਹੈ। ਜਿਵੇਂ ਕਿ ਮੈਮ ਨੇ ਦੱਸਿਆ, CBSE ਬੋਰਡ ਤੋਂ ਨੋਨ ਮੈਡੀਕਲ 60% ਨਾਲ ਅਗਰ ਤੁਸੀਂ ਪਾਸ ਕੀਤੀ ਹੈ ਤਾਂ ਜ਼ਰੂਰ ਤੁਸੀਂ 1 ਹਫ਼ਤੇ ਵਿੱਚ ਤੁਹਾਡੀ GT ਕਲੀਅਰ ਹੋਏਗੀ, ਅਤੇ ਸਕਸੈਸਫੁਲੀ ਤੁਸੀਂ ਆਪਣਾ ਰਿਜ਼ਲਟ ਲੈ ਕੇ ਵੀਜ਼ਾ ਅਪਰੂਵਲ ਦੇ ਨਾਲ ਆਸਟ੍ਰੇਲੀਆ ਸਟੱਡੀ ਵੀਜ਼ਾ ਲਈ ਜਾ ਸਕਦੇ ਹੋ। ਹੋਰ ਕੋਈ ਸਵਾਲ ਹੋਵੇ ਤਾਂ ਜ਼ਰੂਰ ਜਿਹੜਾ ਨੰਬਰ ਡਿਸਪਲੇ ਹੈ ਇਸ ਉੱਪਰ ਕਾਲ ਕਰਕੇ ਤੁਸੀਂ ਨੈਵੀਗੇਟਰਸ ਓਵਰਸੀਜ਼ ਤੋਂ ਪੂਰੀ ਜਾਣਕਾਰੀ ਲੈ ਸਕਦੇ ਹੋ। ਆਪਣੇ ਡਾਕੂਮੈਂਟਸ ਦੀ ਅਸੈਸਮੈਂਟ ਕਰਵਾਉਣੀ ਹੈ ਤਾਂ ਜ਼ਰੂਰ ਨੈਵੀਗੇਟਰਸ ਓਵਰਸੀਜ਼ ਦੇ ਆਫਿਸ ਆਓ, ਅਸੈਸਮੈਂਟ ਕਰਵਾਓ, ਸਹੀ ਗਾਈਡੈਂਸ ਦੇ ਨਾਲ ਅੱਗੇ ਵਧੋ। ਬਹੁਤ ਬਹੁਤ ਥੈਂਕਸ ਮੈਮ ਇਹ ਸਾਰੀ ਇਨਫੋਰਮੇਸ਼ਨ ਸਟੂਡੈਂਟਸ ਦੇ ਨਾਲ ਸਾਂਝੀ ਕਰਨ ਦੇ ਲਈ। ਅੱਗੋਂ ਵੀ ਅਸੀਂ ਸਟੂਡੈਂਟਸ ਲਈ ਇਸੇ ਤਰ੍ਹਾਂ ਨਾਲ ਹੋਰ ਇਨਫੋਰਮੇਟਿਵ ਵੀਡੀਓਜ਼ ਲੈ ਕੇ ਆਉਂਦੇ ਰਹਾਂਗੇ। ਫਿਲਹਾਲ ਲਈ ਦਿਓ ਜੀ ਇਜਾਜ਼ਤ, ਥੈਂਕ ਯੂ ਸੋ ਮਚ। ਥੈਂਕ ਯੂ।